ਤਕਲੀਫ ਤਾਂ ਬਹੁਤ ਮਾੜੀ ਜੀ, ਇੱਥੇ ਬਹੁਤ ਹਾਲਾਤ ਮਾੜੇ ਹੋਏ ਆ, ਨਾ ਕਿਸੇ ਬਜ਼ੁਰਗ ਨੂੰ ਲੰਘਿਆ ਜਾਂਦਾ ਇੱਥੋਂ, ਅਤੇ ਜਦ ਬਾਰਿਸ਼ ਪੈ ਜਾਂਦੀ ਹੈ 3-3 ਫੁੱਟ ਟੋਏ ਪੈ ਜਾਂਦੇ ਇੱਥੇ। ਸਰ ਇਹ ਤਾਂ ਹੁਣ ਜਦੋਂ ਕੰਸਟਰਕਸ਼ਨ ਚੱਲਦੀ ਆ ਆਪਣੇ ਘਰਾਂ 'ਚ, ਉਦੋਂ ਵੀ ਇਹ ਪ੍ਰੋਬਲਮਾਂ ਹੁੰਦੀਆਂ ਹੋਈਆਂ। ਬਹੁਤ ਬਹੁਤ ਮਾੜਾ ਹਾਲਾਤ, ਦੁਕਾਨਾਂ ਦਾ ਬੇੜਾ ਗਰਕ ਹੋਇਆ ਪਿਆ, ਕੋਈ ਟੂਰਿਸਟ ਨਹੀਂ ਖਲੋ ਰਿਹਾ ਇੱਥੇ ਕੋਈ। ਟ੍ਰੈਫਿਕ ਤਾਂ ਰੋਜ਼ ਹੀ ਹੁੰਦਾ ਇੱਥੇ। ਹਾਂਜੀ, ਬਹੁਤ ਜ਼ਿਆਦਾ ਜੀ, ਉਹਦੇ ਨਾਲ ਤਾਂ ਸਾਡੇ ਬੱਚਿਆਂ ਨੂੰ ਲੰਘਣ ਨੂੰ ਵੀ ਤੰਗੀ ਆਉਂਦੀ ਆ ਜੀ। ਭਾਜੀ ਇਹਦੇ ਨਾਲ ਬਹੁਤ ਹੀ ਬੁਰਾ ਹਾਲ ਆ ਜੀ, ਆਹ ਕੀ ਹਾਲ ਭਲਾ, ਹਾਈਵੇ ਹੈਗਾ ਕੋਈ, ਕੋਈ ਕਹਿ ਸਕਦਾ ਇਹਨੂੰ? ਗੁਰੂ ਨਗਰੀ ਅੰਮ੍ਰਿਤਸਰ 'ਚ ਜਦੋਂ ਤੁਸੀਂ ਪਹੁੰਚਦੇ ਹੋ ਤਾਂ ਤੁਹਾਨੂੰ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਸ਼ਿਕਾਇਤ ਰਹਿੰਦੀ ਹੈ ਕਿ ਜਦੋਂ ਗੋਲਡਨ ਗੇਟ ਨਜ਼ਦੀਕ ਆਉਂਦਾ ਹੈ ਤਾਂ ਤੁਹਾਨੂੰ ਲੰਬਾ ਜਾਮ ਮਿਲਦਾ ਹੈ, ਤਾਂ ਜਾਮ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ, ਤੁਸੀਂ ਵੇਖ ਸਕਦੇ ਹੋ, ਚਾਹੇ ਮੰਤਰੀ ਹੋਵੇ ਜਾਂ ਸੰਤਰੀ, ਇਸ ਜਾਮ ਦੇ ਵਿੱਚ ਹਰ ਕੋਈ ਫਸਦਾ ਨਜ਼ਰ ਆਉਂਦਾ ਹੈ। ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਕਿ ਤੁਸੀਂ ਵੇਖੋ ਕਿ ਕਿੱਡਾ ਲੰਬਾ ਜਾਮ ਤੁਹਾਨੂੰ ਜਿਹੜਾ ਹੈ ਅੰਮ੍ਰਿਤਸਰ ਦੇ ਦਬੁਰਜੀ 'ਤੇ ਮਿਲਦਾ। ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਜਾਮ ਅਕਸਰ ਤੁਸੀਂ ਵੱਡੇ ਜਿਹੜੇ ਸ਼ਹਿਰ ਜਿਹੜੇ ਨੇ, ਜਿਹੜੇ ਕਿ ਦਿੱਲੀ ਗੁੜਗਾਓਂ ਜਿਹੜੇ ਨੇ, ਉਹਨਾਂ 'ਚ ਦੇਖੇ ਹੋਣਗੇ, ਲੇਕਿਨ ਇਹ ਜਾਮ ਅੱਜ ਕੱਲ੍ਹ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਲੱਗਦੇ ਨੇ, ਔਰ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਜਿੱਥੇ ਕਿ ਸ਼ਨੀ ਐਤਵਾਰ ਨੂੰ ਜਿਹੜਾ ਨੇ ਹਜ਼ਾਰਾਂ ਦੀ ਗਿਣਤੀ 'ਚ ਨਹੀਂ ਬਲਕਿ ਲੱਖਾਂ ਦੀ ਗਿਣਤੀ ਲੋਕ ਆਉਂਦੇ ਨੇ, ਤਾਂ ਦੂਜੇ ਪਾਸੇ ਦੇਖੋ ਜਾਮ ਦੀਆਂ ਤਸਵੀਰਾਂ ਕਿੰਨੀਆਂ ਲੰਬੀਆਂ ਨੇ, ਕਿੱਥੋਂ ਦੂਰ ਦੂਰ ਤੱਕ ਜਾਮ ਜਾਂਦਾ ਹੈ, ਔਰ ਕਈ ਵਾਰ ਕਿਹਾ ਜਾਂਦਾ ਹੈ ਕਿ ਇੱਥੇ ਇੱਕ ਇੱਕ ਘੰਟਾ ਪਰ ਜਾਮ ਲੱਗਾ ਰਹਿੰਦਾ ਹੈ, ਔਰ ਲੋਕ ਜਿਹੜੇ ਨੇ ਖੱਜਲ ਖੁਆਰ ਹੁੰਦੇ ਨੇ। ਤਾਂ ਅੱਜ ਅਸੀਂ ਜਾਮ ਦੀ ਤੁਹਾਨੂੰ ਰਿਐਲਿਟੀ ਤੁਹਾਨੂੰ ਸਾਂਝੀ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸ਼ਾਮ ਦਾ ਵਕਤ ਹੈ ਤਾਂ ਲੋਕਾਂ ਨੇ ਆਪਣੇ ਘਰਾਂ 'ਚ ਜਾਣਾ ਹੁੰਦਾ ਨਾ, ਔਰ ਉਸ ਵੇਲੇ ਕਿੱਡੇ ਲੰਬੇ ਲੰਬੇ ਜਾਮ ਜਿਹੜੇ ਨੇ ਤੁਹਾਨੂੰ ਇੱਥੇ ਨਜ਼ਰ ਆਉਣਗੇ। ਤਾਂ ਇਹ ਸਭ ਤੋਂ ਵੱਡੀ ਅੰਮ੍ਰਿਤਸਰ ਦੀ ਸਮੱਸਿਆ, ਔਰ ਖਾਸ ਕਰਕੇ ਅੰਮ੍ਰਿਤਸਰ ਇਕੱਲੇ ਦੀ ਨਹੀਂ ਬਲਕਿ ਪੂਰੇ ਪੰਜਾਬ ਦੀ ਸਮੱਸਿਆ ਹੈ ਕਿ ਲੋਕ ਜਿਹੜੇ ਨੇ ਇੱਥੇ ਕਿਸ ਤਰੀਕੇ ਦੇ ਨਾਲ ਖੱਜਲ ਖੁਆਰ ਹੋ ਰਹੇ ਨੇ, ਔਰ ਤੁਸੀਂ ਵੇਖੋ ਕਿ ਗੱਡੀਆਂ ਜਿਹੜੀਆਂ ਨੇ ਮਹਿਜ ਇੱਕ ਕੀੜੇ ਵੱਕਰ ਰੇਂਗਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਜਦੋਂ ਵੀ ਕੋਈ ਵਿਅਕਤੀ ਆਪਣੇ ਘਰ ਜਾਂਦਾ ਹੈ ਤਾਂ ਉਸ ਨੂੰ ਇਸ ਭਿਅੰਕਰ ਜਿਹੜਾ ਹੈ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਤੁਸੀਂ ਵੇਖ ਸਕਦੇ ਹੋ ਆਪਣੀ ਟੀ ਵੀ ਸਕਰੀਨ ਦੇ ਉੱਤੇ ਕਿ ਇਸ ਤਰ੍ਹਾਂ ਦੇ ਲੰਬੇ ਜਾਮ ਅੱਜ ਤੱਕ ਤੁਸੀਂ ਦਿੱਲੀ ਗੁੜਗਾਓਂ 'ਚ ਵੇਖੇ ਹੋਣਗੇ, ਲੇਕਿਨ ਇਹ ਦਿੱਲੀ ਗੁੜਗਾਓਂ ਨਹੀਂ, ਇਹ ਅੰਮ੍ਰਿਤਸਰ ਹੈ, ਔਰ ਅੰਮ੍ਰਿਤਸਰ ਦੇ ਬਿਲਕੁਲ ਗੋਲਡਨ ਗੇਟ ਤੋਂ ਜਦੋਂ ਤੁਸੀਂ ਆਉਣਾ ਜਾਣਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਲੰਬੇ ਜਾਮ ਨਜ਼ਰ ਆਉਂਦੇ ਨੇ। ਤਾਂ ਇਹ ਜਾਮ ਦੀ ਤਸਵੀਰ ਤੁਸੀਂ ਦੇਖੋ ਆਪਣੀ ਟੀ ਵੀ ਸਕਰੀਨ 'ਤੇ ਕਿ ਬਹੁਤ ਸਾਰੇ ਲੋਕਾਂ ਦਾ ਪੈਟਰੋਲ ਵੀ ਬਹੁਤ ਨੁਕਸਾਨ ਹੁੰਦਾ ਹੈ, ਔਰ ਕਈ ਵਾਰ ਸੜਕੀ ਹਾਦਸੇ ਵੀ ਹੁੰਦੇ ਨੇ। ਤਾਂ ਇਹ ਜਾਮ ਦੀ ਤਸਵੀਰ ਹੈ, ਔਰ ਉਸਦਾ ਮੁੱਖ ਕਾਰਨ ਹੈ ਇਹ ਪੁੱਲ, ਜੋ ਕਿ ਤਕਰੀਬਨ 1.5 ਸਾਲ ਦੇਰੀ ਅੱਜ ਤੱਕ ਨੇ ਇਸ ਪੁੱਲ ਦੇ ਵਿੱਚ ਹੋ ਚੁੱਕੀ ਹੈ, ਔਰ ਇਸ ਦੇ ਵਿੱਚ ਤੁਸੀਂ ਵੇਖੋ ਇਹਦਾ ਨਿਰਮਾਣ ਕਾਰ ਪੂਰਾ ਚੱਲ ਰਿਹਾ ਹੈ, ਲੇਕਿਨ ਇਸ ਦੀ ਕੰਪਲੀਸ਼ਨ ਨਹੀਂ ਹੋ ਪਾਈ। ਲੇਕਿਨ ਇਸ ਪੁੱਲ ਦੇ ਨਾ ਬਣਨ ਕਰਕੇ ਲੋਕਾਂ ਨੂੰ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਦਾ ਇੱਕ ਪਾਸਾ ਹੈ, ਔਰ ਤੁਹਾਨੂੰ ਅਸੀਂ ਦੂਸਰੇ ਪਾਸੇ ਦੀ ਵੀ ਤਸਵੀਰ ਸਾਂਝੀ ਕਰਾਂਗੇ ਕਿ ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਉਂਦੇ ਹੋ ਤਾਂ ਉਸ ਵੇਲੇ ਤੁਹਾਨੂੰ ਕਿਸ ਤਰੀਕੇ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਬਹੁਤ ਲੰਬਾ ਇੱਕ ਦੇਖੋ ਇਹ ਫਲਾਈਓਵਰ ਹੈ ਜੋ ਕਿ ਤਕਰੀਬਨ 1.5 ਸਾਲ ਹੋ ਚੁੱਕਾ ਹੈ, ਇਸ ਨੂੰ ਦੇਰੀ ਹੋ ਚੁੱਕੀ ਹੈ। ਤਾਂ ਉਸ ਦੀ ਭਾਅ ਜੀ ਕਿੰਨੇ ਸਾਲ ਹੈ ਲੇਟ ਹੋ ਚੁੱਕਾ ਅੱਜ ਤੱਕ ਇਹਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਸਾਲ ਪੁੱਲ ਲੇਟ ਹੋ ਚੁੱਕਾ? ਤਕਰੀਬਨ 1.5 ਸਾਲ ਦੇ ਕਰੀਬ ਹੈ ਜੀ। ਕੁਛ ਆ ਜੋ ਹੁਣ ਬਾਰਿਸ਼ਾਂ ਕਰਕੇ ਵੀ ਲੇਟ ਹੋ ਰਿਹਾ, ਮੌਸਮ ਸਹੀ ਰਿਹਾ ਖੁੱਲ੍ਹ ਗਿਆ ਅਤੇ ਆਪਾਂ ਨੈਕਸਟ ਮੰਥ ਕੰਪਲੀਟ ਕਰ। ਪਰ ਇਹ ਦੇਰੀ ਕਿਉਂ ਹੋਈ, 1.5 ਸਾਲ ਕਿਉਂ ਲੇਟ ਹੋ ਗਿਆ? 1.5 ਸਾਲ ਲੋਕਾਂ ਨੂੰ ਕਾਫੀ ਦਿੱਕਤ ਆਈ। ਸਟੇ ਦੋ ਵਾਰੀ ਹੋ ਗਈ ਨਾ ਜੀ, ਪਹਿਲੇ ਉਹ ਬ੍ਰਿਜ ਐਕਸਟੈਂਡ ਕੀਤਾ ਜੀ, ਉਸ ਤੋਂ ਬਾਅਦ ਫਿਰ ਸਟੇ ਲਿੱਤਾ, ਫਿਰ ਆਹ ਰਸਤਾ ਜਿਹੜਾ ਜਿੱਥੇ ਆਪਾਂ ਖੜ੍ਹੇ ਹਾਂ ਜੀ, ਇੱਕ ਇਹ ਵਾਲਾ ਰਸਤਾ, ਇੱਕ
ਪਰ ਲੋਕਾਂ ਨੂੰ ਤਾਂ ਕਾਫੀ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ। ਦੇਖੋ ਸਰ, ਇਹ ਤਾਂ ਹੁਣ ਜਦੋਂ ਕੰਸਟਰਕਸ਼ਨ ਚੱਲਦੀ ਆ ਆਪਣੇ ਘਰਾਂ 'ਚ, ਉਦੋਂ ਵੀ ਇਹ ਪ੍ਰੋਬਲਮਾਂ ਹੁੰਦੀਆਂ ਹੀ ਆ। ਜੀ ਬਿਲਕੁਲ, ਉਮੀਦ ਕੀਤੀ ਜਾ ਸੀ 2 ਮਹੀਨੇ 5 ਜੂਗਾ, ਉਮੀਦ ਹੈ ਕਿ ਨੈਕਸਟ ਮੰਥ ਆਪਣਾ ਚੱਲ ਪਏਗਾ। ਤਾਂ ਬਿਲਕੁਲ ਤੁਸੀਂ ਵੇਖੋ, ਕੰਮ ਜ਼ਰੂਰ ਚੱਲ ਰਿਹਾ ਹੈ, ਲੇਕਿਨ ਦੂਜੇ ਪਾਸੇ ਦੀ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਇਸ ਵੇਲੇ ਜਿਹੜੇ ਲੋਕ ਜਿਹੜੇ ਨੇ ਉਹ ਕਾਫੀ ਮੁਸ਼ਕਲ ਹਾਲਾਤ 'ਚ ਨੇ। ਤੁਸੀਂ ਦੇਖੋ ਕਿ ਜਿਹੜਾ ਰਸਤਾ ਹੈ ਉਸ ਦੇ ਵਿੱਚ ਟ੍ਰੈਫਿਕ ਜਿਹੜੀ ਹੈ ਤੁਹਾਨੂੰ ਨਜ਼ਰ ਆਏਗੀ, ਔਰ ਦੂਸਰੇ ਪਾਸੇ ਇਸ ਪੁਲ ਦਾ ਕੰਮ ਵੀ ਚੱਲ ਰਿਹਾ ਹੈ। ਔਰ ਦੱਸਣਾ ਚਾਹਾਂਗੇ ਕਿ ਤਕਰੀਬਨ 1.5 ਸਾਲ ਇਸ ਪੁਲ ਨੂੰ ਦੇਰੀ ਹੋ ਚੁੱਕੀ ਹੈ, ਪਰ 1.5 ਸਾਲ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਬਣੇ, ਲੋਕਾਂ ਦਾ ਕਾਰੋਬਾਰ ਤੱਕ ਤਬਾਹ ਹੋਇਆ, ਲੋਕਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਕਿ ਆਖਿਰਕਾਰ ਕੀ ਕਹਿਣਾ ਉਹਨਾਂ ਦਾ ਇਸ ਪੁਲ ਬਾਰੇ, ਉਹ ਵੀ ਤੁਹਾਨੂੰ ਸੁਣਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਆਪਣੀ ਜਿਹੜੀ ਗੱਲ ਦੱਸ ਰਹੇ ਨੇ। ਪਰ ਜਾਮ ਦੀ ਤਸਵੀਰਾਂ ਵੀ ਤੁਸੀਂ ਦੇਖੋ ਕਿ ਇਹ ਸੜਕ ਦਾ, ਇਹ ਅੰਮ੍ਰਿਤਸਰ ਤੋਂ ਬਾਹਰ ਜਾਣ ਦਾ ਰਸਤਾ ਹੈ, ਉਸ ਪਾਸੇ ਦਾ ਹਾਲ ਹੈ, ਔਰ ਤੁਸੀਂ ਦੇਖੋ ਲੰਬਾ ਜਾਮ, ਦੂਰ ਦੂਰ ਤੱਕ ਜਿੱਥੋਂ ਤੱਕ ਕੈਮਰਾ ਆਪਣਾ ਜ਼ੂਮ ਕਰ ਸਕਦਾ ਹੈ ਉਹ ਜ਼ੂਮ ਕਰ ਰਿਹਾ ਹੈ, ਉਸ ਦੇ ਵਿੱਚ ਜਿਹੜਾ ਹੈ ਲੰਬਾ ਜਾਮ ਦੇਖਣ ਨੂੰ ਮਿਲ ਰਿਹਾ। ਅਤੇ ਦੂਸਰੇ ਪਾਸੇ ਇਹਦੀ ਬੈਕ ਸਾਈਡ 'ਤੇ ਵੀ ਤੁਹਾਨੂੰ ਦਿਖਾਵਾਂਗੇ, ਪੂਰਾ ਅਸੀਂ ਇੱਕ ਵੋਕ ਥਰੂ ਤੁਹਾਨੂੰ ਦਿਖਾ ਰਹੇ ਹਾਂ ਕਿ ਤਾਂ ਕਿ ਅਸੀਂ ਲੋਕਾਂ ਨੂੰ ਔਰ ਖਾਸ ਕਰਕੇ ਪ੍ਰਸ਼ਾਸਨ ਨੂੰ ਅਵੇਅਰ ਕਰ ਸਕੀਏ ਕਿ ਹਾਲਾਤ, ਤੁਸੀਂ ਦੇਖੋ ਕਿ ਲੋਕ ਆਵਾਜ਼ਾਂ ਮਾਰ ਰਹੇ ਨੇ। ਅਤੇ ਦੂਸਰੇ ਪਾਸੇ ਪੁੱਲ ਜਿਹੜਾ ਹੈ ਇਸ ਵੇਲੇ ਚਿੰਤਾ ਦਾ ਸਬਕ ਲੋਕਾਂ ਵਾਸਤੇ ਬੰਦਾ ਨਜ਼ਰ ਆ ਰਿਹਾ, ਲੇਕਿਨ ਲਗਾਤਾਰ ਟ੍ਰੈਫਿਕ ਜਾਮ ਦੀ ਤਸਵੀਰ ਤੁਸੀਂ ਇੱਥੇ ਆਪਣੀ ਟੀਵੀ ਸਕਰੀਨ 'ਤੇ ਵੇਖ ਰਹੇ ਹੋ। ਤਾਂ ਇਹ ਲੰਬਾ ਜਾਮ ਲੋਕਾਂ ਵਾਸਤੇ ਮੁਸ਼ਕਲ ਦਾ ਜਿਹੜਾ ਹੈ ਇੱਕ ਬਹੁਤ ਵੱਡਾ ਕਾਰਨ ਬਣਿਆ ਹੋਇਆ ਹੈ। ਟ੍ਰੈਫਿਕ ਦਾ ਸੂਰਤ ਹਾਲ ਤੁਹਾਨੂੰ ਦਿਖਾ ਰਹੇ ਹਾਂ, ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬਾਈ ਜੀ, ਕੀ ਤਕਲੀਫ ਆ ਰਹੀ ਹੈ ਜੀ, ਟ੍ਰੈਫਿਕ ਇੱਥੇ ਕੀ ਹਾਲਾਤ ਕੀ ਨੇ, ਰਿਐਲਿਟੀ ਦੱਸੋ। ਤਕਲੀਫ ਤਾਂ ਬਹੁਤ ਮਾੜੀ ਜੀ, ਇੱਥੇ ਬਹੁਤ ਹਾਲਾਤ ਮਾੜੇ ਹੋਏ ਆ, ਨਾ ਕਿਸੇ ਬਜ਼ੁਰਗ ਨੂੰ ਲੰਘਿਆ ਜਾਂਦਾ ਇੱਥੋਂ, ਅਤੇ ਜਦ ਬਾਰਿਸ਼ ਪੈ ਜਾਂਦੀ ਹੈ 3-3 ਫੁੱਟ ਟੋਏ ਪੈ ਜਾਂਦੇ ਇੱਥੇ, ਅਤੇ ਗੱਡੀਆਂ ਬਹੁਤ ਪਲਟਦੀਆਂ, ਛੋਟੀਆਂ ਜਿਹੜੀਆਂ ਬੈਟਰੀ ਆਈਆਂ 3-wheeler ਬਹੁਤ ਪਲਟਦੇ। ਰੋਜ਼ ਹਾਲ ਹੀ ਰਹਿੰਦਾ ਟ੍ਰੈਫਿਕ ਦਾ? ਰੋਜ਼ ਮੁਲਾਜ਼ਮ ਤਾਂ ਚੰਗੇ ਆ, ਚਲੋ ਜਿੱਦਣ ਬਾਰਿਸ਼ ਪੈਂਦੀ ਹੈ ਟੋਏ ਪਾਣੀ ਕੱਢ ਕੇ ਤਾਂ ਬਜ਼ੁਰੀ ਪਾ ਜਾਂਦੇ ਆ, ਅਤੇ ਅੱਗੇ ਪਿੱਛੇ ਤਾਂ ਰੋਜ਼ ਇਹੋ ਹੀ ਹਾਲ ਆ, ਐਤਵਾਰ ਹੋਰ ਜ਼ਿਆਦਾ ਹੋ ਜਾਂਦਾ। ਅੱਜ ਵੀ ਬੁਰੇ ਹਾਲਾਤ ਨੇ, ਬਹੁਤ ਬਹੁਤ ਮਾੜਾ ਹਾਲਾਤ, ਦੁਕਾਨਾਂ ਦਾ ਬੇੜਾ ਗਰਕ ਹੋਇਆ ਪਿਆ, ਕੋਈ ਟੂਰਿਸਟ ਨਹੀਂ ਖਲੋ ਰਿਹਾ ਇੱਥੇ, ਕੁਛ ਨਹੀਂ, ਕਾਰੋਬਾਰ ਤਬਾਹ, ਕਾਰੋਬਾਰ ਤਬਾਹ। ਇਹ ਰਸ਼ ਆ ਕੁਛ, ਜੇ ਗੱਡੀ ਖਲਾਰਦੇ ਆ ਪੁਲਿਸ ਵਾਲੇ ਆ ਕੇ, ਅਤੇ ਫਿਰ ਤੰਗ ਕਰਨਾ ਵੀ ਉਹਨਾਂ ਗੱਡੀ। ਹਾਂਜੀ ਭਾਅ ਜੀ, ਕੀ ਮੁਸ਼ਕਿਲ ਆ ਰਹੀ ਹੈ? ਮੁਸ਼ਕਿਲ ਤਾਂ ਮਹਾਰਾਜ ਇਹੋ ਹੀ ਦੇਖ ਲਓ, ਤੁਹਾਡੇ ਸਾਹਮਣੇ ਹੀ ਆ ਵੀ ਜਦੋਂ ਬਾਰਿਸ਼ ਪੈ ਜਾਂਦੀ ਆ ਅਤੇ ਸੜਕ ਬਣ ਜੇ, ਜਲਦੀ ਬਣ ਜੇ। ਟ੍ਰੈਫਿਕ ਤਾਂ ਰੋਜ਼ ਹੀ ਹੁੰਦਾ ਇੱਥੇ? ਹਾਂਜੀ ਬਹੁਤ ਜ਼ਿਆਦਾ ਜੀ, ਉਹਦੇ ਨਾਲ ਤਾਂ ਸਾਡੇ ਬੱਚਿਆਂ ਨੂੰ ਲੰਘਣ ਨੂੰ ਵੀ ਤੰਗੀ ਆਉਂਦੀ ਆ ਜੀ, ਨਿੱਕੇ ਨਿੱਕੇ ਜਿਹੜੇ ਬੱਚੇ ਲੰਘਦੇ ਉਹਨਾਂ ਨੂੰ ਵੀ ਤੰਗੀ ਆਉਂਦੀ ਆ। ਅਤੇ ਪਾਣੀ ਦੇ ਹਾਲਾਤ ਤੁਸੀਂ ਦੇਖੋ ਕਿ ਇੱਕ ਇੱਕ ਰਸਤੇ ਤੋਂ ਦੂਜੇ ਰਸਤੇ ਜਾਣ ਦਾ ਲਾਂਘਾ ਵੀ ਜਿਹੜਾ ਹੈ ਉਹ ਵੀ ਖਤਮ ਹੋ ਚੁੱਕਾ। ਤਾਂ ਇਹ ਪਾਣੀ ਇੱਦਾਂ ਹੀ ਰਹਿੰਦਾ ਜੀ ਇੱਥੇ? ਪਾਣੀ ਇੱਦਾਂ ਜੀ, ਜਿੱਦਾਂ ਦੀ ਬਾਰਿਸ਼ ਪਈ ਇੱਦਾਂ ਹੀ ਹੁੰਦਾ ਸਾਰਾ। ਅੱਛਾ, ਬਾਰਿਸ਼ ਤੋਂ ਬਾਅਦ ਵੀ ਹਾਲਾਤ ਇੱਦਾਂ ਹੀ ਨੇ? ਇਹਨਾਂ ਕੱਢਿਆ ਨਹੀਂ ਪਾਣੀ ਸੜਕ ਵਾਲਿਆਂ ਨੇ, ਤੇ ਇੱਥੇ ਰਾਹ ਹੀ ਬਣਾ ਦਿਓ ਥੋੜ੍ਹਾ ਜਿਹਾ, ਇਹ ਤਾਂ ਅਖੰਡ ਪਾਠ ਸਾਹਿਬ ਇਹ ਤਾਂ ਸੰਗਤ ਵਾਸਤੇ ਬਣਾਇਆ ਮੁੰਡਿਆਂ ਨੇ ਆਪ। ਤਾਂ ਬਿਲਕੁਲ ਤੁਸੀਂ ਵੇਖੋ ਕਿ ਹਾਲਾਤ ਕਿਸ ਤਰੀਕੇ ਦੇ ਨਾਲ ਨੇ, ਕਿ ਲੋਕਾਂ ਨੂੰ ਕਿਸ ਤਰ੍ਹਾਂ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ, ਲੰਬੇ ਲੰਬੇ ਟ੍ਰੈਫਿਕ ਜਾਮ ਨੇ। ਕੁਛ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ। ਭਾਅ ਜੀ, ਬਹੁਤ ਬੁਰੇ ਹਾਲਾਤ ਨੇ ਇੱਥੇ, ਭਾਅ ਜੀ ਕੀ ਕਹਿਣਾ ਚਾਹੋਗੇ? ਭਾਅ ਜੀ ਇਹਦਾ ਬਹੁਤ ਹੀ ਬੁਰਾ ਹਾਲ ਆ, ਆਹ ਕੀ ਹਾਲ, ਭਲਾ ਹਾਈਵੇ ਹੈਗਾ ਕੋਈ, ਕੋਈ ਕਹਿ ਸਕਦਾ ਇਹਨੂੰ? ਇੰਨਾ ਰੋਜ਼ ਬੁਰਾ ਹਾਲ ਹੈ ਨਾ ਇੱਥੋਂ ਦਾ, ਕਹਿਣ ਦੀਆਂ ਗੱਲਾਂ ਜੋ ਭਾਅ ਜੀ, ਬਹੁਤ ਮੰਦਾ ਹਾਲ ਭਾਈ, ਰੋਡ ਟ੍ਰੈਫਿਕ ਜਾਮ ਬਹੁਤ ਬਹੁਤ ਹੀ, ਕੋਈ ਦਿਨ ਵੀ ਲੱਗ ਪਾਉਣੇ ਕਿਸੇ ਨੂੰ ਪੁੱਛ ਕੇ ਵੇਖ ਲਓ, ਇੱਥੇ ਕੋਈ ਹਾਲ ਹੀ ਨਹੀਂ ਦੇ, ਕੀ ਕਰੂ ਬੰਦਾ ਦੱਸੋ। ਬਿਲਕੁਲ ਤੁਸੀਂ ਵੇਖੋ ਕਿ ਲੋਕਾਂ ਦੇ ਹਾਲਾਤ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜਿਹੜਾ ਵੀ ਵਿਅਕਤੀ ਇੱਥੋਂ
ਨਿਕਲਦਾ ਹੈ ਉਹ ਇੱਕੋ ਗੱਲ ਕਹਿੰਦਾ ਹੈ ਕਿ ਉਸ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਮ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਇੱਕ ਮਿੰਟ ਵੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਸ ਦਿਨ ਇੱਥੇ ਜਾਮ ਟੁੱਟਿਆ ਹੋਵੇ। ਤਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਤੁਸੀਂ ਦੇਖੋ ਜਾਮ ਦੀਆਂ ਤਸਵੀਰਾਂ ਕਿੰਨੀਆਂ ਲੰਬੀਆਂ ਨੇ। ਇੰਨਾ ਮਾੜਾ ਆ ਗਿਆ ਸੜਕ ਦਾ ਭਾਈ, ਕੀ ਕਰਨ ਡੇ ਤੁਸੀਂ? ਹਾਂਜੀ, ਕੁਛ ਸਵਾਰੋ ਇਹਨੂੰ ਕਹਿ ਕੂ ਕੀ ਕਰਨ ਡੇ? ਬਹੁਤ ਬੁਰੇ ਹਾਲ ਹੈ ਜੀ, ਬਹੁਤ ਜ਼ਿਆਦਾ ਮੰਦੀ ਹਾਲਤ ਹੈ ਜੀ। ਬਿਲਕੁਲ ਤੁਸੀਂ ਵੇਖੋ ਕਿ ਲੋਕ। ਹਾਂਜੀ ਭਾਅ ਜੀ, ਕੀ ਕਹਿਣਾ ਚਾਹੋਗੇ? ਤਾਂ ਬਾਪੂ ਜੀ ਕੀ ਕਹਿਣਾ ਚਾਹੋਗੇ, ਸੜਕ ਦੇ ਕੀ ਹਾਲਾਤ ਨੇ? ਬੜਾ ਮਾੜਾ ਹਾਲ ਜੇ, ਲੋਕਾਂ ਦੇ ਟਰੱਕ ਫਸ ਜਾਂਦੇ ਆ, ਬੁਰਾ ਹਾਲ ਇੱਥੇ ਦੇ ਹੋਇਆ, ਇੱਥੇ ਗੰਦ ਪਿਆ ਕੁੜੀ ਆ ਬਹੁਤ ਜ਼ਿਆਦਾ। ਬਿਲਕੁਲ ਜਿਹੜਾ ਹੈ ਬਾਈ ਜੀ, ਕੀ ਹਾਲਾਤ ਕੀ ਸੜਕ ਦੇ? ਹਾਂਜੀ, ਸੜਕ ਦੇ ਕੀ ਹਾਲਾਤ ਹੈ? ਬਹੁਤ ਮਾੜੇ ਹਾਲਾਤ ਹੈ ਜੀ। ਇੱਦਾਂ ਹੀ ਟ੍ਰੈਫਿਕ ਜਾਮ ਰਹਿੰਦਾ? ਹਾਂ ਜੀ, ਰੋਜ਼ ਹਮੇਸ਼ਾ ਇੱਦਾਂ ਰਹਿੰਦਾ। ਤਾਂ ਤੁਸੀਂ ਵੇਖੋ ਕਿ ਲੋਕਾਂ ਨੂੰ ਦਿੱਕਤ ਲੰਘਣ 'ਚ ਕਿੰਨੀਆਂ ਦਿੱਕਤਾਂ ਆ ਰਹੀਆਂ ਨੇ ਕਿ ਲੋਕ ਜਿਹੜਾ ਨੇ ਜਦੋਂ ਇਸ ਰਸਤੇ ਤੋਂ ਜਾ ਰਹੇ, ਹਾਲਾਂਕਿ ਇਹ ਰਸਤਾ ਆਉਣ ਜਾਣ ਵਾਸਤੇ ਬਣਿਆ ਹੈ, ਲੇਕਿਨ ਉਸ ਆਉਣ ਜਾਣ ਵਾਲੇ ਰਸਤੇ ਦੇ ਵਿੱਚ ਤੁਸੀਂ ਦੇਖੋ ਕਿ ਪਾਣੀ ਜਮ੍ਹਾਂ ਹੈ ਔਰ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਇੱਥੇ ਸਮੱਸਿਆ ਆਉਂਦੀ ਹੈ ਔਰ ਕਿਸੇ ਤਰ੍ਹਾਂ ਦਾ ਕੋਈ ਸੁਧਾਰ ਨਹੀਂ। ਅਗਰ ਪੁੱਲ ਬਣਦਾ ਪਿਆ ਹੈ ਤਾਂ ਅਸੀਂ ਕਹਿੰਦੇ ਕਿ ਚਲੋ ਪੁੱਲ ਬਣ ਰਿਹਾ ਹੈ, ਕੋਈ ਪ੍ਰੋਬਲਮ ਹੋ ਜਾਂਦੀ ਹੈ, ਲੇਕਿਨ ਪੁੱਲ ਦੇ ਥੱਲਿਓ ਲੰਘਣ ਵਾਲੇ ਰਸਤੇ, ਔਰ ਤੁਸੀਂ ਦੇਖੋ ਕਿ ਤਿੰਨ ਰਸਤੇ ਦਿੱਤੇ ਗਏ ਨੇ, ਇੱਕ ਰਸਤਾ ਇਹ ਵੈ ਅਤੇ ਦੂਜੇ ਪਾਸੇ ਦੇ ਰਸਤੇ ਦੀ ਤਸਵੀਰ ਵੀ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ। ਤਾਂ ਇਹ ਦੂਜੇ ਪਾਸੇ ਦਾ ਰਸਤਾ, ਤੁਸੀਂ ਦੇਖੋ ਕਿ ਇੱਥੇ ਕੀ ਹਾਲਾਤ ਬਣੇ ਨੇ ਔਰ ਸਾਰੇ ਪਾਸੇ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਕਿ ਟ੍ਰੈਫਿਕ ਦੇ ਨਾਲ ਆਮ ਜਨਤਾ ਦਾ ਬੁਰਾ ਹਾਲ ਹੈ। ਪਰ ਜਿੱਥੇ ਕਿਹਾ ਜਾ ਰਿਹਾ ਕਿ ਬਹੁਤ ਜਲਦੀ ਇਸ ਨੂੰ ਖੋਲ੍ਹ ਦਿੱਤਾ ਜਾਏਗਾ, ਲੇਕਿਨ ਆਮ ਜਨਤਾ ਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ। ਹੁਣ ਦੇਖਣਾ ਹੋਏਗਾ ਕਿ ਕਦੋਂ ਇਹ ਪੁੱਲ ਖੁੱਲ੍ਹਦਾ ਹੈ ਅਤੇ ਆਮ ਜਨਤਾ ਨੂੰ ਕਦੋਂ ਰਾਹਤ ਮਿਲਦੀ ਹੈ, ਲੇਕਿਨ ਮੁਸ਼ਕਲਾਂ ਜਿਹੜੀਆਂ ਨੇ ਅੰਮ੍ਰਿਤਸਰ ਆਉਣ ਵਾਲੇ ਲੋਕਾਂ ਨੂੰ ਲਗਾਤਾਰ ਝੇਲਣੀਆਂ ਪੈਂਦੀਆਂ ਨੇ। ਕੈਮਰਾਮੈਨ ਹਰਸ਼ ਦੇ ਨਾਲ ਸੁਮਿਤ ਖੰਨਾ, ਗ੍ਰਿਡ ਪੰਜਾਬ ਟੀਵੀ, ਅੰਮ੍ਰਿਤਸਰ।